ਦੀ ਵਿਵਕਤੀ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਪਰਿਵਾਰਕ ਮੈਂਬਰਾਂ ਵੱਲੋਂ ਬੇਨਤੀ ਵੀ ਕੀਤੀ ਗਈ ਸੀ ਕਿ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਗੀਤ ਨੇ ਕਈ ਪ੍ਰੋਡਿਊਸਰਸ ਕੋਲ ਮਿਊਜ਼ਿਕ ਡਾਇਰੈਕਟਰਸ ਕੋਲ ਜੇ ਪਈ ਨੇ ਤਾਂ ਕਿਰਪਾ ਕਰਕੇ ਉਹ ਲੀਕ ਨਾ ਕਰਨ ਕਿਉਂਕਿ ਸਿਰਫ ਪਰਿਵਾਰ ਕੋਲ ਹੀ ਹੱਕ ਹੈ ਕਿ ਅੱਗੇ ਗੀਤਾ ਦੇ ਨਾਲ ਕੀ ਕਰਨਾ ਹੈ ਇਸ ਦੇ ਬਾਰੇ ਫੈਸਲਾ ਉਹ ਹੀ ਲੈਣਗੇ ਪਰ ਸ਼ਰਮਨਾਕ ਗੱਲ ਹੈ ਕਿ ਜਹੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਗੀਤ ਜੋ ਕਈ ਲੋਕਾਂ ਕੋਲ ਪਈ ਸੀ ਉਹਨਾਂ ਵੱਲੋਂ ਲੀਕ ਕੀਤੇ ਜਾ ਰਹੇ ਨੇ ਤਾਂ ਮਹਿਜ਼ ਕੁਝ ਰੁਪਇਆ ਲਈ ਸਿੱਧੂ ਮੂਸੇਵਾਲੇ ਦੇ ਗੀਤ ਲੀਕ ਕੀਤੇ ਜਾ ਰਹੇ ਨੇ ਕਿਉਂਕਿ ਜੇਕਰ ਗੀਤ ਲਿਖੇ ਹੁੰਦੇ ਲਿਖੇ ਹੋਏ ਨੇ ਔਰ ਲੀਕ ਹੋ ਰਹੇ ਨੇ ਤਾਂ ਸੁਭਾਵਿਕੀ ਗੱਲ ਹੈ ਕਿ ਜੇਕਰ ਕੋਈ ਲੀਕ ਕਰੇਗਾ ਤਾਂ ਉਸ ਨੂੰ ਪੈਸਿਆਂ ਦੇ ਨਾਲ ਫਾਇਦਾ ਤਾਂ ਬਹੁਤ ਹੋਏਗਾ ਤਾਂ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਗੀਤ ਲੀਕ ਕੀਤੇ ਜਾ ਰਹੇ ਨੇ ਕੁਝ ਸ਼ਰਾਤੇ ਅੰਸਰਾ ਵੱਲੋਂ ਇਹ ਗੀਤਾਂ ਨੂੰ ਲੀਕ ਕੀਤਾ ਜਾ ਰਿਹਾ ਹਾਲਾਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਹੀ ਦਿਨ ਬਾਅਦ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਪੇਜ ਤੇ ਇੰਸਟਾਗ੍ਰam ਪੇਜ ਤੇ ਪੋਸਟ ਪਾਈ ਜਾਂਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਔਰ ਇਹ ਕਿਹਾ ਜਾਂਦਾ ਹੈ ਕਿ ਜਿਸ ਕੋਲ ਵੀ ਗੀਤ ਪਹਿਨੇ ਲਿਖੇ ਹੋਏ ਯਾਰ ਬਾਡਟ ਪਈ ਨੇ ਉਹ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਕੀਤਾ ਸੋਬਦਨ ਕਿਉਂਕਿ ਉਹਨਾਂ ਕੋਲ ਹੀ ਪੂਰਾ ਹੱਕ ਹੈ ਇਹ ਫੈਸਲਾ ਲੈਣ ਦਾ ਕਿ ਆਖਿਰ ਇਹਨਾਂ ਗੀਤਾ ਦੇ ਨਾਲ ਕੀ ਕਰਨਾ ਹੈ ਔਰ ਸਿੱਧੂ ਮੂਸੇਵਾਲੇ ਦੇ ਪੋਪਤੇ ਉਹਨਾਂ ਦੇ ਪਿਤਾ ਜੀ ਦੀ ਭਾਵੁਕ ਸਪੀਚ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੇ ਪੁੱਤ ਨੂੰ 5 ਤੋਂ 10 ਸਾਲ ਹੋਰ ਜਿਉਂਦਾ ਜ਼ਰੂਰ ਰੱਖਾਂ ਉਹਨਾਂ ਦੇ ਗੀਤਾ ਦੇ ਨਾਲ ਲੋਕਾਂ ਤੱਕ ਉਸਦੇ ਗੀਤ ਜ਼ਰੂਰ ਪਹੁੰਚਾਂਦਾ ਰਵਾਂ ਜੋ ਉਸ ਵੱਲੋਂ ਲਿਖੇ ਗਏ ਨੇ ਰਿਕਾਰਡ ਕੀਤੇ ਗਏ ਨੇ ਤਾਂ ਇਸ ਵਿਚਕਾਰ ਪਰਿਵਾਰ ਬੇਹੱਦ ਨਿਰਾਸ਼ ਤੋ ਕੀ ਗੀਤਾ ਨੂੰ ਲੀਕ ਕੀਤਾ ਜਾ ਰਿਹਾ ਹੈ ਹਾਲਾਂਕਿ ਅਜੇਹੇ ਹਾਲਾਤਾਂ ਦੇ ਵਿੱਚ ਵੀ ਪਰਿਵਾਰ ਦੀ ਗੱਲ ਨਹੀਂ ਸੁਣੀ ਗਈ ਨਹੀਂ ਮੰਨੀ ਗਈ ਉਹ ਸੂਤਰਾਂ ਦੇ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਲੋਕਾਂ ਵੱਲੋਂ ਸਿੱਧੂ ਮੁਸੇਵਾਲੇ ਦੇ ਗੀਤਾ ਨੂੰ ਲੀਕ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਕੌਣ ਨੇ ਇਹਨਾਂ ਦੀ ਅਜੇ ਪਛਾਣ ਨਹੀਂ ਹੋਈ ਪਰ ਪਰਿਵਾਰ ਨੇ ਕਾਨੂੰਨ ਦਾ ਰੁਕੀ ਤਾ ਪਰਿਵਾਰ ਮਾਨਸਾ ਪੁਲਿਸ ਕੋਲ ਪਹੁੰਚੀ ਹੈ ਪਰਿਵਾਰ ਨੇ ਸ਼ਿਕਾਇਤ ਦਰਜ ਕੀਤੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ 6 ਲੋਕਾਂ ਦੇ ਖਿਲਾਫ ਮਾਮਲਾ ਦਰਜੋ ਯਾਰ ਮਾਨਸਾ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਨਾ ਲੋਕਾਂ ਤੱਕ ਪਹੁੰਚਿਆ ਜਾਏ ਅਤੇ ਪਤਾ ਲਗਾਇਆ ਜਾਏ ਕਿ ਆਖਿਰੇ કોਣ ਲੋਗ ਨੇ ਜੋ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਅਜੇ ਹੀ ਖੇਡਾ ਖੇਡ ਰਹੇ ਨੇ ਔਰ ਉਸ ਦੇ ਗਾਣੇ ਲੀਕ ਕੀਤੇ ਜਾ ਰਹੇ ਨੇ ਤਾਂ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆ ਰਹੀ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਲੀਕ ਕੀਤੇ ਜਾ ਰਹੇ ਨੇ ਜੋ ਗੀਤ ਲਿਖੇ ਹੋਏ ਸੀ ਰਿਕਾਰਡ ਕੀਤੇ ਹੋਏ ਸੀ ਸਿੱਧੂ ਮੂਸੇਵਾਲੇ ਨੇ ਉਹਨਾਂ ਨੂੰ ਲੀਕ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਪਰਿਵਾਰ ਵੱਲੋਂ ਅਜੇ ਗੁਜ਼ਾਰਿਸ਼ ਵੀ ਕੀਤੀ ਗਈ ਸੀ ਕਿ ਅਜੇ ਹਾਂ ਨਾ ਕੀਤਾ ਜਾਏ ਸਿੱਧੂ ਮੂਸੇਵਾਲੇ ਦੇ ਗੀਤਾ ਦੇ ਨਾਲ ਕੀ ਕਰਨਾ ਹੈ ਪਰਿਵਾਰ ਆਪ ਇਸ ਦਾ ਫੈਸਲਾ ਕਰੇਗਾ ਪਰ ਇਸ ਦੇ ਬਾਵਜੂਦ ਸਿੱਧੂ ਮੂਸੇਵਾਲੇ ਦੇ ਗੀਤ ਲੀਕ ਕੀਤੇ ਜਾ ਰਹੇ ਨੇ ਤਾਂ ਸਿੱਧੂ ਮੂਸੇਵਾਲੇ ਦੇ ਭੋਗ ਤੇ ਪਰਿਵਾਰ ਨੇ ਇਹ ਵੀ ਕਿਹਾ ਸੀਗਾ ਕਿਸ ਨੂੰ ਜਿਉਂਦਾ ਵੀ ਜ਼ਰੂਰ ਰੱਖਾਂਗੇ ਗੀਤਾ ਰਾਹੀਂ ਹਾਲਾਂਕਿ ਲੋਕ ਵੀ ਇਹ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਸ਼ਾਇਦ ਸ਼ਰੀਰਿਕ ਤੌਰ ਤੇ ਇਸ ਵਕਤ ਚਾਹੇ ਨਾ ਸਾਡੇ ਵਿਚਕਾਰ ਹੋਏ ਪਰ ਗੀਤਾ ਦੇ ਵਿੱਚ ਅਮਰ ਰਹੇਗਾ ਉਸ ਦੀ ਗਾਇਕੀ ਨੂੰ ਉਸ ਦੀ ਲਿਖਤ ਨੂੰ ਲੋਕ ਰਹਿੰਦੀ ਦੁਨੀਆ ਤੱਕ ਪਸੰਦ ਕਰਦੇ ਰਹਿਣਗੇ ਔਰ ਉਸ ਨੂੰ ਪਿਆਰ ਅਝਿਹਾ ਕੀਤਾ ਜਾਏਗਾ ਜਿਸ ਤਰ੍ਹਾਂ ਉਸ ਦੇ ਜਉਣ ਦੇ ਜੀ ਕੀਤਾ ਜਾਂਦਾ ਸੀ ਤਾਂ ਸਿੱਧੂ ਮੂਸੇਵਾਲਾ ਅਮਰ ਹੋ ਗਿਆ ਅਝਿਹਾ ਉਸ ਦੇ ਫੈਨਸ ਨੇ ਕਿਆ ਸ਼ਰਧਾਂਜਲੀ ਪ੍ਰਗਟ ਕੀਤੀ ਚਾਹੇ ਉਹ ਟੀ-ਸ਼ਰਟਾਂ ਤੇ ਉਸ ਦੀ ਫੋਟੋ ਛੱਪਾ ਕੀ ਆਏ ਹੋਣ ਚਾਹੀ ਟੈਟੂ ਲਗਵਾਇਆ ਹੋਏ ਚਾ ਉਸਦੇ ਨਾਦਾ ਲੰਗਰ ਲਗਾਇਆ ਹੋਏ ਤਾਂ ਹਰ ਇੱਕ ਨੇ ਆਪਣੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਇਸ ਵਿੱਚਕਾਰ ਇਹ ਸ਼ਰਮਨਾਕ ਖਬਰ سامنے ਆ ਰਹੀ ਹੈ ਕਿ ਮੌਤ ਤੋਂ ਬਾਅਦ ਵੀ ਕਈ ਲੋਕ ਉਸਦੇ ਗਾਣੇ ਲੀਕ ਕਰ ਰਹੇ ਨੇ ਹਾਲਾਂਕਿ ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਉਦੋਂ ਵੀ ਉਸਦੇ ਗਾਣੇ ਲੀਕ ਹੁੰਦੇ ਸੀ ਪਰ ਉਸਤੇ ਕਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਸਭ ਆਪ ਲਿਖਿਆ ਤਾਂ ਮੈਂ ਕੁਝ ਹੋਰ ਵੀ ਨਵਾਂ ਲੈ ਕੇ ਆ ਸਕਦਾ ਤਾਂ ਹੁਣ ਉਸ ਦੀ ਮੌਤ ਤੋਂ ਬਾਅਦ ਵੀ ਲੋਕ ਜੋ ਨੇ ਸ਼ਰਾਰਤੀ ਅੰਸਨ ਨੇ ਉਹ ਆਪਣੀ ਹਰਕਤਾਂ ਤੋਂ ਬਾਸ ਨਹੀਂ ਆ ਰਹੇ ਔਰ ਅਜਿਹਾ ਜਾਪ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਅਜੇ ਵੀ ਲੀਕ ਕੀਤੇ ਜਾ ਰਹੇ ਨੇ ਹਾਲਾਂਕਿ ਪਰਿਵਾਰ ਵੱਲੋਂ ਸਾਫ਼ ਤੌਰ ਤੇ ਬੇਨਤੀ ਕੀਤੀ ਗਈ ਸੀ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਪੇਜ ਤੋਂ ਬੇਨਤੀ ਕੀਤੀ ਗਈ ਸੀ ਕਿ ਅਜਿਹਾ ਨਾ ਕੀਤਾ ਜਾਏ ਪਰ ਫਿਰ ਵੀ ਇਹਨਾਂ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਣੇ ਲੀਕ ਕੀਤੇ ਜਾ ਰਹੇ ਨੇ ਤਾਂ ਪਰਿਵਾਰ ਨੇ ਪੁਲਿਸ ਤੱਕ ਪਹੁੰਚ ਕੀਤੀ ਹੈ ਅਤੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ